ਡਾਕਟਰ ਵਿਸ਼ਵਰੂਪ ਰਾਏ ਚੌਧਰੀ ਦਾ ਵਿਸ਼ਾ ਹੈ ਯਾਦਗਾਰ ਘਟਨਾਵਾਂ ਅਤੇ ਯਾਦਦਾਸ਼ਤ ਚਿੰਨ੍ਹ। ਜੇਕਰ ਤੁਸੀਂ ਇਹ ਯਾਦ ਨਹੀਂ ਯਾਦ ਕਰ ਸਕਦੇ ਹੋ ਕਿਸ ਦਿਨ ਕਿਸ ਮਹੀਨੇ ਜਾਂ ਕਿਸ ਸਾਲ 'ਚ ਘਰ ਬਦਲਿਆ ਸੀ ਤਾਂ ਇਸ ਦੌਰਾਨ ਹੋਈਆਂ ਮਹੱਤਵਪੂਰਨ ਘਟਨਾਵਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਜੀਵਨ 'ਚ ਵਾਪਰੀਆਂ। ਕਈ ਸਾਲ ਪਹਿਲਾਂ ਤੁਹਾਡੇ ਜੀਵਨ 'ਚ ਜੋ ਕੁਝ ਵਾਪਰਿਆ ਉਹ ਹੋਰ ਘਟਨਾਵਾਂ ਨਾਲੋਂ ਵੱਖ ਨਹੀਂ ਵਾਪਰਿਆ ਹੁੰਦਾ। ਕਿਸੇ ਖਾਸ ਸਮੇਂ ਜੋ ਕੁਝ ਵਾਪਰਿਆ ਜਿਹਨੂੰ ਤੁਸੀਂ ਯਾਦ ਨਹੀਂ ਕਰ ਸਕਦੇ ਹੋ, ਕਿਸੇ ਚਿੰਨ੍ਹਾਂ ਜਾਂ ਸੁਰਾਖ ਦੀ ਮਦਦ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰੀਏ। ਹੋ ਸਕਦਾ ਉਹਨਾਂ ਦਿਨਾਂ 'ਚ ਕੋਈ ਮਹੱਤਵਪੂਰਨ ਰਾਜਨੀਤਿਕ ਘਟਨਾ ਵਾਪਰੀ ਹੋਵੇ, ਕੋਈ ਯਾਦਗਾਰ ਫਿਲਮ ਚੱਲੀ ਹੋਵੇ ਜਾਂ ਕਿਸੇ ਫਿਲਮ ਦੇ ਗਾਣੇ ਬਹੁਤ ਮਸ਼ਹੂਰ ਹੋਏ ਹੋਣ। ਇਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਜਿਸ ਨਾਲ ਤੁਹਾਨੂੰ ਉਹ ਖਾਸ ਮਹੱਤਵ ਦੀ ਘਟਨਾ ਜਿਹਨੂੰ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਯਾਦ ਕਰਨ 'ਚ ਮਦਦ ਮਿਲੇਗੀ। ਜੇਕਰ ਤੁਸੀਂ ਹੁਣ ਵੀ ਯਾਦ ਕਰਨ 'ਚ ਸਫਲ ਨਹੀਂ ਹੋ ਰਹੇ ਹੋ ਤਾਂ ਇਹ ਯਾਦਦਾਸ਼ਤ ਚਿੰਨ੍ਹ ਤੁਹਾਨੂੰ ਯਾਦ ਕਰਾਉਣ 'ਚ ਮਦਦ ਕਰਨਗੇ। ਇਹਨਾਂ ਤੋਂ ਇਲਾਵਾ ਤੁਸੀਂ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਜਾਂ ਦੋਸਤਾਂ ਦੀ ਵੀ ਮਦਦ ਲੈ ਸਕਦੇ ਹੋ। ਹੋ ਸਕਦਾ ਉਹਨਾਂ ਦਾ ਯਾਦਦਾਸ਼ਤ ਗਿਆਨ ਤੁਹਾਡੇ ਲਈ ਮਦਦਗਾਰ ਸਿੱਧ ਹੋਵੇ। ਕਿਸੇ ਖਾਸ ਘਟਨਾਵਾਂ ਨੂੰ ਯਾਦਦਾਸ਼ਤ ਰੂਪ 'ਚ ਪ੍ਰਯੋਗ ਕਰੋ। ਧੰਨਵਾਦ।